ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਗੁਰਾਇਆ ਵਿਖੇ ਰੁੜਕਾ ਰੋਡ ਤੇ ਸਥਿਤ ਪੁੰਨ ਬਰਤਨ ਸਟੋਰ ਦੇ ਮਾਲਕ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੀ ਬਰਤਨ ਦੀ ਦੁਕਾਨ ਹੈ ਤੇ ਦੁਕਾਨ ਦੇ ਉੱਪਰ ਹੀ ਉਸਦਾ ਘਰ ਹੈ। ਜਦੋਂ ਬਿਜਲੀ ਬੋਰਡ ਵੱਲੋਂ ਮੀਟਰ ਰੀਡਿੰਗ ਲਈ ਆਏ ਮੁਲਾਜ਼ਮ ਨੇ ਉਹਨਾਂ ਦੇ ਹੱਥ 'ਚ 198,980 ਰੁਪਏ ਦਾ ਬਿਜਲੀ ਦਾ ਬਿੱਲ ਫੜਾ ਦਿੱਤਾ ਤਾਂ ਬਿੱਲ ਦੇਖਦੇ ਸਾਰ ਹੀ ਉਹ ਹੈਰਾਨ ਪਰੇਸ਼ਾਨ ਰਹਿ ਗਏ, ਜਿਸ ਨੂੰ ਲੈ ਕੇ ਸੁਰਿੰਦਰ ਕੁਮਾਰ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਰੀਡਿੰਗ ਲੈਣ ਆਉਂਦੇ ਮੁਲਾਜ਼ਮ ਨੂੰ ਕਿਹਾ ਜਾਵੇ ਕਿ ਉਹ ਧਿਆਨ ਨਾਲ ਰੀਡਿੰਗ ਲੈਣ ਅਤੇ ਖਪਤਕਾਰ ਦੀ ਗੱਲ ਵੀ ਸੁਣਨ ਤੇ ਉਹਨਾਂ ਦਾ ਬਿੱਲ ਠੀਕ ਕੀਤਾ ਜਾਵੇ। ਇਸ ਮਾਮਲੇ ਸੰਬੰਧੀ ਜਦੋਂ ਬਿਜਲੀ ਬੋਰਡ ਦੇ SDO ਸੁਖਵਿੰਦਰ ਸਿੰਘ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਬਿੱਲ ਦੀ ਜਾਂਚ ਕਰਵਾਈ ਜਾਵੇਗੀ। ਇਹਦਾ ਪਿਛਲਾ ਬਿੱਲ 6,20 ਰੁਪਏ ਆਇਆ ਸੀਗਾ ਸੱਤਵੇਂ ਮਹੀਨੇ, ਹੁਣ ਇਸ ਵੇਲੇ ਉਹ ਪਿਛਲਾ ਪਾ ਕੇ ਇਹਨੇ 2,00,000 ਰੁਪਇਆ ਬਿੱਲ ਕੱਢਿਆ ਜੀ, ਇੱਕ ਯੂਨਿਟ ਲਿਖੇ ਸ਼ੋਅ ਕੀਤੀ ਆ। ਜਿਹੜਾ ਪਿਛਲਾ ਬਿੱਲ ਸੀਗਾ 620 ਰੁਪਏ, ਉਹ ਕਿਹੜੇ ਮਹੀਨੇ ਦਾ ਸੀ? ਉਹ ਸੱਤਵੇਂ ਦਾ, ਸੱਤਵੇਂ ਤੋਂ ਨੌਵੇਂ ਤੱਕ। ਅੱਛਾ ਜੀ, 620 ਰੁਪਏ ਉਹ ਤੁਸੀਂ ਉਤਾਰਿਆ? ਉਹ ਉਤਾਰਿਆ ਆ। ਅੱਛਾ ਜੀ, ਹੁਣ 9 ਤੋਂ ਲੈ ਕੇ 11 ਤੱਕ ਦਾ ਇਹਨੇ 1,98,000 ਕੁਛ ਰੁਪਏ ਬਿੱਲ ਆਇਆ, 2,00,000 ਦੇ ਲਈ ਇੱਕ ਯੂਨਿਟ ਆ ਸਰ। ਸ਼ੋਅ 1 ਯੂਨਿਟ ਹੋ ਰਹੀ ਹੈ? ਸ਼ੋਅ 1 ਯੂਨਿਟ ਕਰ ਰਿਹਾ ਜਿਹੜਾ ਇਹ ਬਿੱਲ ਹੁਣ ਕੱਢ ਕੇ ਗਿਆ, ਇਹ 4 ਮਹੀਨੇ ਦਾ, 7ਵੇਂ ਮਹੀਨੇ ਤੋਂ ਕੱਢ ਕੇ ਗਿਆ? 7ਵੇਂ ਮਹੀਨੇ ਤੋਂ ਕੱਢ ਕੇ ਗਿਆ। ਜਿਹੜਾ ਤੁਸੀਂ ਉਤਾਰਿਆ ਹੋਇਆ ਉਹ ਵੀ ਵਿੱਚ ਲਾ ਗਿਆ? ਵਿੱਚ ਲਾ ਤਾ, ਔਰ ਸ਼ੋਅ ਜਿਹੜਾ ਕਰ ਰਿਹਾ 1 ਯੂਨਿਟ ਦਾ ਕਰ ਰਿਹਾ। ਇਸ ਸੰਬੰਧੀ ਤੁਸੀਂ ਉਹਨੂੰ ਕਿਹਾ ਨਹੀਂ? ਉਹਨੂੰ ਕਿਹਾ ਮੈਂ ਕਿਹਾ ਦੁਬਾਰਾ ਚੈੱਕ ਕਰਦਾ, ਕਹਿੰਦਾ ਨਹੀਂ ਉਹ ਹੁਣ ਉੱਥੇ ਹੋਊਗਾ ਜੀ। ਅੱਛਾ, ਉਹਨੇ ਕਹਿੰਦੀ ਇਹਦੀ ਆਪਣੀ ਆ। ਮੈਂ ਕਿਹਾ ਮੈਂ ਬਿੱਲ ਦਿਖਾਉਂਦਾ ਤੁਹਾਨੂੰ, ਦੁਬਾਰਾ ਬਿੱਲ ਦੇਖ ਕੇ ਰੀਡਿੰਗ ਕਰਦਾ, ਦੁਬਾਰਾ ਲੈ ਲਾ, ਕਹਿੰਦਾ ਨਹੀਂ ਉਹੀ ਕਰਨਗੇ। ਹੁਣ ਕੀ ਮੰਗ ਕਰਦੇ ਸੀ? ਅਪਡੇਟ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।